ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਹੁਣ ਜੀ ਹੈਗਾ ਸ਼ਾਮ ਦਾ ਟਾਈਮ ਅਤੇ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ। 7:30 ਵਜੇ ਦਾ ਟਾਈਮ ਹੈ ਅਤੇ ਇੱਧਰ ਜੀ ਮੈਂ ਨਹਾ ਕੇ ਆਈ ਹਾਂ ਸ਼ਾਮ ਨੂੰ ਦੁਬਾਰਾ। ਅਤੇ ਆਹ ਦੇਖੋ ਨਹਾ ਕੇ ਬਾਹਰ ਨਿਕਲੀ ਹਾਂ, ਤੌਲੀਆਂ ਨਾਲ ਮੂੰਹ ਪੂੰਝਦੀ ਪਈ ਹਾਂ, ਨਹਾਉਣ ਤੋਂ ਬਾਅਦ ਵੀ ਕਿੰਨਾ ਪਸੀਨਾ ਆ ਰਿਹਾ। ਅਤੇ ਹੁਣ ਜੀ ਕਿਚਨ ਦੇ ਵਿੱਚ ਚੱਲਦੇ ਹਾਂ, ਥੋੜ੍ਹੀ ਜਿਹੀ ਚਾਹ ਬਣਾਵਾਂਗੀ, ਜ਼ਿਆਦਾ ਨਹੀਂ, ਥੋੜ੍ਹੀ ਜਿਹੀ ਦੋ ਘੋਟੇ ਬਣਾਵਾਂਗੀ। ਗਰਮੀ ਇੰਨੀ ਜ਼ਿਆਦਾ ਰੱਜ ਕੇ ਪੈ ਰਹੀ ਹੈ ਕਿ ਬੁਰਾ ਹਾਲ ਹੋ ਰਿਹਾ। ਚਾਹ ਮੈਂ ਤਾਂ ਪੀਣ ਲੱਗੀ, ਮੇਰਾ ਥੋੜ੍ਹਾ ਜਿਹਾ ਸਿਰ ਘੁੰਮਦਾ ਪਿਆ, ਨਹੀਂ ਤਾਂ ਗਰਮੀ 'ਚ ਚਾਹ ਪੀਣ ਦਾ ਦਿਲ ਤਾਂ ਕਰਦਾ ਨਹੀਂ ਸੀਗਾ। ਅਤੇ ਉੱਧਰ ਜੀ ਆਪਣੇ ਛੋਲੇ ਵਗੈਰਾ ਬਣ ਗਏ ਸੀਗੇ ਅਤੇ ਹੁਣ ਜੀ ਰਾਤ ਦਾ ਡਿਨਰ ਕਰਨ ਲੱਗੇ ਹਾਂ ਆਪਾਂ। ਅਤੇ ਗਰਮੀ ਦੇ ਵਿੱਚ ਇੰਨਾ ਬੁਰਾ ਹਾਲ ਹੋਇਆ ਪਿਆ, ਲਾਈਟ ਬੰਦ ਸੀਗੀ ਪਹਿਲਾਂ ਕਾਫੀ ਦੇਰ, ਹੁਣੇ ਆਈ ਹੈ ਲਾਈਟ। ਅਤੇ ਮੈਂ ਕਿਹਾ ਚਲੋ ਲਾਈਟ ਆ ਗਈ, ਹੁਣ ਫਟਾਫਟ ਆਪਾਂ ਰੋਟੀ ਖਾ ਲੈਂਦੇ ਹਾਂ ਰਾਤ ਦੀ। ਅਤੇ ਆਹ ਹੈਗਾ ਜੀ ਦੂਜੇ ਦਿਨ ਸਵੇਰ ਦਾ ਟਾਈਮ। ਅਤੇ ਇੱਧਰੋਂ ਮੰਡੀਆਂ ਸਬਜ਼ੀਆਂ ਵਗੈਰਾ ਆਈਆਂ ਹੋਈਆਂ ਸੀਗੀਆਂ ਅਤੇ ਮੈਂ ਕਿਹਾ ਚਲੋ ਇਹਨਾਂ ਨੂੰ ਸਬਜ਼ੀਆਂ ਨੂੰ ਕੱਢ ਕੇ ਅਤੇ ਫਰਿੱਜ ਦੀ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੰਦੀ ਹਾਂ। ਅਤੇ ਉਸ ਤੋਂ ਪਹਿਲਾਂ ਜੀ ਮੈਂ ਟੋਕਰੀ ਨੂੰ ਨਾ ਧੋ ਕੇ ਰੱਖ ਦਿੱਤਾ ਮੰਜੇ 'ਤੇ, ਹਲੇ ਮੈਂ ਛੋਟੀ ਟੋਕਰੀਆਂ ਦੇ ਵਿੱਚ ਸਬਜ਼ੀਆਂ ਕੱਢ ਲਈਆਂ ਨੇ ਸਾਰੀਆਂ। ਪਾਲਕ ਵਗੈਰਾ ਤਾਂ ਮੈਂ ਕੱਟ ਕੇ ਰੱਖ ਲਵਾਂਗੀ ਸਾਫ਼ ਸੁਫ ਕਰਕੇ। ਅਤੇ ਆਹ ਦੇਖੋ ਜੀ ਟੋਕਰੀ ਨੂੰ ਮੈਂ ਇੱਕ ਵਾਰੀ ਧੋ ਕੇ ਸੁੱਕਣੇ ਪਾ ਦਿੱਤਾ ਅਤੇ ਹੁਣ ਇਹਨੂੰ ਪੂੰਝ ਕੇ ਅਤੇ ਫਿਰ ਟੋਕਰੀ ਦੇ ਵਿੱਚ ਆਪਾਂ ਸਾਰਾ ਸਮਾਨ ਸਬਜ਼ੀਆਂ ਵਗੈਰਾ ਸਾਰੀਆਂ ਰੱਖ ਦਾਂਗੇ। ਅਤੇ ਆਹ ਦੇਖੋ ਜੀ ਤੋਰੀਆਂ, ਆਹ ਪੂਰੀ ਇੱਕ ਤੋਰੀ ਵੱਡੀ ਸੀਗੀ, ਖਰਾਬ ਨਿਕਲੀ ਹੈ ਅਤੇ ਜਿਹੜੀ ਜਿਹੜੀ ਸਾਫ਼ ਤੋਰੀਆਂ ਨੇ ਉਹਨਾਂ ਨੂੰ ਮੈਂ ਕੱਟ ਕੇ ਹੁਣ ਦੁਪਹਿਰੇ ਬਣਾ ਲਵਾਂਗੀ। ਅਤੇ ਇੱਧਰ ਜੀ ਮੈਂ ਤੋਰੀਆਂ ਨੂੰ ਕੱਟ ਕੇ ਪਾਲਕ ਨੂੰ ਕੱਟ ਕੇ ਨਾ ਮੈਂ ਇੱਦਾਂ ਪਲਾਸਟਿਕ ਦੀ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੱਤਾ, ਸਿਲਵਰ ਰੋਲ ਨਾਲ ਉੱਪਰੋਂ ਕਵਰ ਕਰ ਦਿੱਤਾ ਅਤੇ ਨੀਚੋਂ ਖੁੱਲ੍ਹੀ ਹੈ, ਥੋੜ੍ਹੀ ਥੋੜ੍ਹੀ ਹਵਾ ਲੱਗਦੀ ਰਹੂਗੀ, ਇਹ ਬਿਲਕੁਲ ਹਰੀ ਹਰੀ ਰਹੂਗੀ ਆਪਾਂ ਭਾਵੇਂ 4-5 ਦਿਨਾਂ ਬਾਅਦ ਬਣਾਈਏ। ਇਹਨੂੰ ਹੁਣ ਮੈਂ ਫਰਿੱਜ ਦੇ ਵਿੱਚ ਰੱਖ ਦਾਂਗੀ ਅਤੇ ਇੱਧਰ ਮੈਂ ਫਲੀਆਂ ਵੀ ਤੋੜ ਕੇ ਡੱਬੇ 'ਚ ਵਿੱਚ ਪਾ ਕੇ ਰੱਖਤੀਆਂ। ਲਓ ਜੀ ਰਾਮ ਤੋਰੀ ਦੀ ਸਬਜ਼ੀ ਆਪਣੀ ਬਣ ਗਈ ਹੈ, ਨਾਲ ਫੁਲਕੇ ਵੀ ਬਣ ਗਏ ਨੇ ਅਤੇ ਦੁਪਹਿਰ ਦੀ ਆਪਣੀ ਰੋਟੀ ਜੀ ਬਣ ਗਈ ਹੈ, ਨਾਲ ਆਪਣਾ ਦਹੀਂ ਵੀ ਜੰਮਿਆ ਹੋਇਆ। ਅਤੇ ਬਸ ਜੀ ਹੁਣ ਆਪਾਂ ਖਾ ਲੈਂਦੇ ਹਾਂ ਰੋਟੀ। ਅਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ 'ਚ ਮੇਰੀ ਰੈਸਪੀਆਂ ਕਿੱਦਾਂ ਦੀਆਂ ਲੱਗਦੀਆਂ ਨੇ।